जिला मोगा दे पिंड मलियाणा दी सहकारी सभा विच करोड़ां रुपए दा कपला होण दा मामला सामने आया। इल्जाम है लग रहा है कि सैकटरी वालों लोगों के खात्यां विच पैसे जमा ही नहीं करवाए गए। मामले विच हैरानी वाली गल है कि सैकटरी कुछ दिन तो लापता है अते लोग इंसाफ की मांग कर रहे हैं। सहकारी सभा विच होया करोड़ों का कपला, किसानों का नहीं उतारिया गया कर्जा, भेद भरे हालात विच सैकटरी लापता। मोगा दे पिंड मलियाणा विच ए गहमा गहमी अते लोकां दा हजूम। करोड़ां दे कपले दे उजागर होण तों बाद इकट्ठा होया लोकां ने डिफॉल्टर सर्टिफिकेट अते सहकारी सभा दे खात्यां दीआं अपणीआं कॉपीआं विखा के और पुछ रहे ने कि जो उन्हां ने अपना कर्जा उतारिया सी ओह उतारिया भी गया जां उन्हां दे सिर ते ही खड़ा है। खुलासा तां इत्थों तक होया कि फौत हो चुके कई लोकां दे खात्यां विच भी उन्हां बकाया बाकी है। लोकां नूं हुण समझ नहीं आ रहा कि आखिर उन्हां दे नाल ठगी किसने मारी है, क्योंकि सहकारी सभा दे जिस सैकटरी ते ओह अखां बंद करके यकीन करदे सन अते सैकटरी वल्लों ही उन्हां नूं नो डिफॉल्टर सर्टिफिकेट अते खात्यां दीआं कॉपीआं निल करके दित्तियां गईआं ने, पर कुछ समय पहलां सैकटरी साहब भेद भरे हालात विच लापता हो गए, जिस दी गुमशुदगी दी रिपोर्ट भी पुलिस नूं दित्ती गई है अते लोक वी उस दी भाल कर रहे ने। पर करोड़ों का कपला उजागर होने तो बाद लोगों नूं ए समझ ही नहीं आ रहा कि हुण वो जान तक किधर। गल यही कही जा रही है कि सैकटरी साहब ही कपला करके रूपोश हो गए ने। मैं 2021 दे विच 69,000 रुपया इत्थों चक्किया सी कर्जा ते 21 दे 12वें महीने दे विच 70,000 ते 40 रुपये मैं इन्हां नूं वापस करते इत्थे सोसाइटी टेबल ते नकद कैश दे के। इन्हां ने मेरी कापी उस टाइम मैनूं निल करके कापी मैनूं देती, मैं ਆਉਦਾ ਫ੍ਰੀ ਹੋ ਗਿਆ ਵੀ ਕਾਪੀ ਆਪਣੀ ਨਿਲ ਆਪਾਂ ਪੈਸੇ ਮੋੜਤੇ। ਉਦੋਂ ਬਾਅਦ ਐਦਕੀ ਜਦੋਂ ਹੁਣ ਆ ਰੌਲਾ ਉੱਠਿਆ ਪਤਾ ਲੱਗਿਆ ਹੌਲੀ ਹੌਲੀ ਕੇਸ ਨਿਕਲੇ, ਜਦੋਂ ਮੈਂ ਆਪਦੀ ਕਾਪੀ ਚੈੱਕ ਕਰਾਈ ਤੇ ਮੇਰਾ ਉਹਨੇ ਦਾ ਉਹਨਾਂ ਬਕਾਇਆ ਉੱਥੇ ਖੜਾ ਨਹੀਂ। ਜਿਹੜੀ ਬੈਂਕ ਆ ਸਾਡੀ ਅਸੀਂ ਉਹਦੇ ਵਿੱਚ ਗਏ ਆ, ਇਹ ਕਹਿੰਦਾ ਤੁਹਾਡੇ ਪੈਸੇ ਨਹੀਂ ਭਰੇ। ਉੱਥੇ ਸੈਕਟਰੀ ਦੀ ਅਸੀਂ ਗੱਲ ਕਰਾਈ, ਸੈਕਟਰੀ ਕਹਿ ਰਿਹਾ ਵੀ ਹਾਂ ਇਹਨਾਂ ਦੇ ਪੈਸੇ ਭਰੇ ਆ, ਇਹਨਾਂ ਨੂੰ ਪੈਸੇ ਦੇ ਦਿਓ। ਉੱਥੇ ਸਾਡਾ ਖਾਤੇ ਦੇ ਵਿੱਚ 50,000 5,000 ਰੁਪਇਆ ਰਹਿੰਦਾ ਸੀ, ਇਹਨੇ 50,000 ਰੱਖਿਆ, ਇਹਨੇ 50,000 'ਚੋਂ 35,000 ਭਰਤਾ, 17,000 ਹਲੇ ਵੀ ਇਹਦੇ ਕੋਲ ਆ। अच्छा, सैकटरी ਦੇ ਕੋਲ ਆਈ ਜਦੋਂ ਆ ਸਾਨੂੰ ਸਰਟੀਫਿਕੇਟ ਬਣਾ ਕੇ ਦਿੱਤਾ ਇਹਨੇ ਵੀ ਇਹਨਾਂ ਦੇ ਪੈਸੇ ਕਲੀਅਰ ਆ, ਫਿਰ ਉਹ ਪੈਸੇ ਕਾਹਦੇ ਬੋਲ ਰਹੇ ਆ। ਡੀਸੀ ਨੂੰ ਮਿਲਾਂਗੇ, ਡੀਸੀ ਨਾਲ ਗੱਲਬਾਤ ਕਰਾਂਗੇ, ਜੇ ਉਹ ਵੀ ਸਾਡੀ ਗੱਲ ਨਹੀਂ ਸੁਣਦਾ ਫਿਰ ਅਸੀਂ ਡੀਸੀ ਤੇ ਜਾ ਕੇ ਘਰਾਓ ਵੀ ਕਰਾਂਗੇ, ਨਾਲ ਹੋਰ ਵੀ ਅਸੀਂ ਪਿੰਡਾਂ ਦੇ ਲਵਾਂਗੇ। ਸਾਡੇ ਪਿੰਡਾਂ ਦੇ ਵਿੱਚ ਕਾਈਆਂ ਬਹੁਤ ਆ, ਅੱਗੇ ਅਸੀਂ ਮਾਸੀ ਕੀ ਧਰਨਾ ਲਾਇਆ ਸੀਗਾ, ਉੱਥੇ ਦੇਖੋ 80 ਲੱਖ ਰੁਪਈਆ ਉਹਨਾਂ ਕਿਸਾਨਾਂ ਦਾ ਦਵਾ ਕੇ ਉੱਠੇ ਆ। ਇਹ ਵੀ ਅਸੀਂ ਸਾਰਾ ਜਿੰਨਾ ਵੀ ਹੈਗਾ ਇਹਦਾ ਪਰਦਾ ਫਾਸ ਕਰਾ ਕੇ ਛੱਡਾਂਗੇ ਵੀ ਕਿਹਨੇ ਖਾਧੇ ਆ ਕਿੱਥੇ ਗਏ ਆ। ਉਧਰ ਸਹਿਕਾਰੀ ਸਭਾ ਦੀ ਕਮੇਟੀ ਦੇ ਮੈਂਬਰ ਦਾ ਕਹਿਣਾ ਹੈ ਕਿ ਜਦੋਂ ਦੀ ਨਵੀਂ ਕਮੇਟੀ ਬਣੀ ਹੈ ਉਹਨਾਂ ਵੱਲੋਂ ਹਰ ਇੱਕ ਮੁੱਦੇ ਨੂੰ ਚੁੱਕਿਆ ਜਾ ਰਿਹਾ ਹੈ ਅਤੇ ਜਦੋਂ ਉਹਨਾਂ ਦੀ ਕਮੇਟੀ ਨੇ ਖਾਤਿਆਂ ਦੇ ਲੈਣ ਦੇਣ ਦੀ ਜਾਂਚ ਕੀਤੀ ਤਾਂ ਇੰਨੇ ਵੱਡੇ ਗਬਨ ਦਾ ਪਰਦਾਫਾਸ਼ ਹੋਇਆ। ਨਵੀਂ ਕਮੇਟੀ ਨੇ ਵੀ ਆਲਾ ਅਫਸਰਾਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਪੀੜਤਾਂ ਨੂੰ ਇਨਸਾਫ ਦਿਵਾਇਆ ਜਾਏ। ਸਾਨੂੰ ਹੋ ਗਏ ਸਾਲ ਕੁ ਬਣੇ ਨੂੰ, ਅਸੀਂ ਉਹਦੇ ਤੇ ਸਾਡਾ ਪ੍ਰਧਾਨ ਆ ਜਿਹੜੇ ਇਹ ਫੌਜੀ ਆ ਰਿਟਾਇਰਮੈਂਟ ਹੋਏ ਪਏ ਆ, ਅਸੀਂ ਇਹਨਾਂ ਨੂੰ ਇਹੀ ਕਿਹਾ ਵੀ ਅਸੀਂ ਪੁਰਾਣੇ ਮੁੱਦੇ ਚੱਕਣੇ, ਜਿਹੜੇ ਪਹਿਲਾਂ ਸੀਗੇ ਪ੍ਰਧਾਨ ਜਾਂ ਜਿਹੜੇ ਕੋਈ ਮੈਂਬਰ ਸੀਗੇ ਉਹਨਾਂ ਨੇ ਮੁੱਦੇ ਨਹੀਂ ਚੱਕੇ। ਜਦੋਂ ਅਸੀਂ ਸਾਨੂੰ ਮੁੱਦੇ ਥੋੜੇ ਥੋੜੇ ਚੱਕਦੇ 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 ਗਏ, ਇਹ ਹੁਣ ਬਾਬਾ ਕੁਛ ਕਬਲਾਈ ਵਿੱਚੋਂ ਬਹੁਤ ਨਿਕਲਿਆ ਵਾ। ਅੱਛਾ ਜੀ, ਵੀ ਜਿਹੜੇ ਹੁਣ ਬਜ਼ੁਰਗ ਮਰੇ ਹੋਏ ਆ ਉਹਨਾਂ ਦੇ ਵੀ ਖਾਤੇ ਵਿੱਚ ਚੱਲੀ ਜਾਂਦੇ, ਉਵੇਂ ਪੈਸੇ ਬੁੱਲੀ ਜਾਂਦੇ ਆ, ਤੇ ਸਾਡੇ ਕਿਸਾਨਾਂ ਕੋਲ ਉਹ ਸਾਰੇ ਪ੍ਰੂਫ ਹੈਗੇ ਆ ਵੀ ਜਿਹਨਾਂ ਦੇ ਮੋੜੇ ਪਏ ਆ। ਸਾਡਾ ਤਾਂ ਇਰਾਦਾ ਵੀ ਇਹੀ ਹੈ ਵੀ ਜੇ ਸਾਨੂੰ ਉਹ ਬੰਦਾ ਮਿਲ ਜਾਵੇ, ਸਭ ਤੋਂ ਬਿਹਤਰ ਤਾਂ ਇਹ ਗੱਲ ਆ ਵੀ ਸਾਨੂੰ ਉਹ ਬੰਦਾ ਮਿਲ ਜਾਵੇ ਤਾਂ ਇੱਥੇ ਸੋਲਵ ਹੋ ਜਾਵੇ, ਸਾਨੂੰ ਅਦਾਲਤਾਂ 'ਚ ਜਾਣ ਦੀ ਲੋੜ ਨਾ ਪਵੇ। ਦੂਜੇ ਪਾਸੇ ਕਪਲੇ ਦੀ ਜਾਣਕਾਰੀ ਮਿਲਣ ਮਗਰੋਂ ਜਾਂਚ ਕਰਨ ਪਹੁੰਚੀ ਟੀਮ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਪਹਿਲਾਂ ਉਹਨਾਂ ਨੂੰ 1-2 ਖਾਤਿਆਂ ਦੀ ਹੀ ਜਾਣਕਾਰੀ ਮਿਲੀ ਸੀ, ਪਰ ਇਹ ਮਾਮਲਾ ਬਹੁਤ ਸੰਗੀਨ ਹੈ ਅਤੇ ਉਹਨਾਂ ਵੱਲੋਂ ਸਾਰੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਜੋ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਅਤੇ ਕਿਸੇ ਨੂੰ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਏਗਾ ਤੇ ਨਾ ਹੀ ਕਿਸੇ ਦੇ ਨਾਲ ਧੱਕਾ ਹੋਵੇਗਾ। ਸਭ ਨੂੰ ਇਨਸਾਫ ਦਿਵਾਉਣ ਦੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਖੋ ਜੀ, ਅਦਾਲਤ ਨੇ ਡਿਪਾਰਟਮੈਂਟ ਦੀ ਆਪਦੀ ਅਦਾਲਤ ਹੁੰਦੀ ਹੈ ਜੀ, ਠੀਕ ਹੈ। ਜਿਹਦਾ ਇਹਦਾ ਸਾਲਸੀ ਕੇਸ ਆਰਬਿਟ੍ਰੇਸ਼ਨ ਕੇਸ ਬਣਦੇ ਆ ਉਹਨੂੰ ਡਿਪਾਰਟਮੈਂਟ ਦੇ ਜਿੰਨੀ ਰਕਮ ਹੁੰਦੀ ਆ, ਜੇ 5 ਲੱਖ ਤੱਕ ਦਾ ਉਹ ਆ ਤਾਂ ਉਹਨੂੰ ਇੰਸਪੈਕਟਰ ਸੁਣੂਗਾ, ਜੇ 5 ਲੱਖ ਤੋਂ ਉੱਪਰ ਦਾ ਤਾਂ ਉਹਨੂੰ AR ਸਾਹਿਬ ਸੁਣਨਗੇ, ਜੇ ਉਦੋਂ ਉੱਪਰ ਦਾ ਤਾਂ ਉਵੇਂ ਉਵੇਂ ਉੱਚ ਅਧਿਕਾਰੀ ਸੁਣਦੇ ਰਹਿੰਦੇ ਨੇ, ਤਾਂ ਉਹਦੇ 'ਚ ਕੋਈ ਕਿਸੇ ਦੀ ਕੋਈ ਖੱਜਲ ਖੁਆਰੀ ਨਹੀਂ ਹੋਊਗੀ, ਕਿਸੇ ਨੂੰ ਕੋਈ ਕੋਰਟ ਦੇ ਵਿੱਚ ਨਹੀਂ ਜਾਣਾ ਪਊਗਾ, ਜੋ ਸਾਰੇ ਪ੍ਰੋਸੀਜਰ ਹੋਊਗਾ ਉਹ ਇੱਥੇ ਸਭਾ ਦੇ ਵਿੱਚ ਹੀ ਹੋਊਗਾ, ਇੱਥੇ ਬਹਿ ਕੇ ਹੀ ਹੱਲ ਹੋਊਗਾ। ਇਸ ਕਰੋੜਾਂ ਦੇ ਕਪਲੇ ਨੇ ਕਿਸਾਨਾਂ ਤੇ ਪਿੰਡਾਂ ਦੇ ਗਰੀਬ ਲੋਕਾਂ ਦੀ ਨੀਂਦ ਹੀ ਉਡਾ ਦਿੱਤੀ ਹੈ, ਪਰ ਇਹ ਮਸਲਾ ਉਦੋਂ ਤੱਕ ਹੱਲ ਨਹੀਂ ਹੁੰਦਾ ਜਦੋਂ ਤੱਕ ਸਭਾ ਦਾ ਗਾਇਬ ਹੋਇਆ ਸੈਕਟਰੀ ਲੱਭ ਨਹੀਂ ਜਾਂਦਾ।
ਸੋ ਲੋੜ ਹੈ ਕਿ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਰੂਪੋਸ਼ ਹੋਏ ਸੈਕਟਰੀ ਦੀ ਭਾਲ ਕਰੇ ਤਾਂ ਜੋ ਗਬਨ ਦੀਆਂ ਪਰਤਾਂ ਖੁੱਲਣ ਅਤੇ ਲੋਕਾਂ ਨੂੰ ਇਨਸਾਫ ਮਿਲੇ। ਸਰਬਜੀਤ ਰੌਲੀ, ਪੀਟੀਸੀ ਨਿਊਜ਼, ਮੋਗਾ। ਰੁਕਰਦੇ ਅਗਲੀ ਖਬਰ ਦਾ, ਪੰਜਾਬ ਪੁਲਿਸ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਵੱਡੀ ਮੁਹਿੰਮ ਸਦਕਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ 40 ਪਿੰਡ ਨਸ਼ਾ ਮੁਕਤ ਹੋ ਗਏ ਨੇ, ਜਿਨ੍ਹਾਂ ਦੀ ਪੰਚਾਇਤ ਵੱਲੋਂ ਪੁਲਿਸ ਨੂੰ ਦਿੱਤੇ ਗਏ ਸਹਿਯੋਗ ਸਦਕਾ ਇਹ ਸੰਭਵ ਹੋਇਆ। ਇਸੇ ਲਈ ਪੁਲਿਸ ਦੇ ਆਲਾ ਅਫਸਰਾਂ ਵੱਲੋਂ ਪਿੰਡ ਧੀਰਪੁਰ ਦੇ ਪਿੰਡ ਰੰਧਾਵਾ ਦੀਆਂ ਪੰਚਾਇਤਾਂ ਨੂੰ ਸਨਮਾਨਿਤ ਕੀਤਾ ਗਿਆ। ਨਾਲ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਵੀ ਪੁਲਿਸ ਨੂੰ ਸਹਿਯੋਗ ਕਰਨ ਤਾਂ ਜੋ ਪੂਰੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਜਿੱਦਾਂ ਕਿ ਤੁਸੀਂ ਜਾਣਦੇ ਹੋ, ਮਾਨਯੋਗ ਸੀ ਐੱਮ ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ, ਮਾਨਯੋਗ ਡੀ ਜੀ ਪੀ ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ, ਅਸੀਂ ਜਿਹੜੇ ਨਸ਼ਾ ਮੁਕਤ ਪਿੰਡ ਨੇ ਜਿਹੜਾ ਡਰੱਗ ਉਹਨਾਂ ਨੂੰ ਆਈਡੈਂਟੀਫਾਈ ਕਰ ਰਹੇ ਹਾਂ, ਉਹਨਾਂ ਦੇ ਵਿੱਚ ਫੀਲਡ ਵਿਜ਼ਿਟ ਕਰ ਰਹੇ ਹਾਂ ਤਾਂ ਜੋ ਇਹੋ ਜਿਹੀ ਫੀਲਡ ਵਿਜ਼ਿਟ ਤੋਂ ਜਿਹੜੇ ਹੋਰ ਵੀ ਪਿੰਡ ਨੇ, ਪਹਿਲੀ ਗੱਲ ਤਾਂ ਪਿੰਡ ਦਾ ਸਨਮਾਨ ਹੁੰਦਾ ਹੈ ਅਤੇ ਜਿਹੜੇ ਨਾਲ ਹੋਰ ਵੀ ਪਿੰਡ ਨੇ ਉਹਨਾਂ ਦੇ ਲਈ ਇੱਕ ਤਰ੍ਹਾਂ ਦਾ ਪ੍ਰੇਰਨਾ ਸੂਤਰ ਬਣਦਾ ਹੈ ਜੀ। ਇਹ ਗੱਲ ਕੀਤੀ ਜ਼ਿਲ੍ਹੇ ਦੇ ਵਿੱਚ ਕਿੰਨੇ ਖੋ ਚੁੱਕੇ ਹੈ ਅਜਿਹੇ ਪਿੰਡ? ਇਹ ਜੀ ਨਿਰੰਤਰ ਤੌਰ 'ਤੇ ਜਿਹੜਾ ਹੁਣ ਫਿਲਹਾਲ ਸਾਡੇ ਕੋਲ 40 ਪਿੰਡ ਆ ਚੁੱਕੇ ਹਨ ਅਤੇ ਨਿਰੰਤਰ ਤੌਰ 'ਤੇ ਸਾਰੇ ਸਾਡੇ ਵੱਲੋਂ ਵਾਰ ਵਾਰ ਪੰਚਾਇਤਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਹਦੇ ਨਾਲ ਜੋ ਮੰਤਵ ਹੈ ਇਸ ਪੂਰੀ ਮੁਹਿੰਮ ਦਾ ਹੈ ਜੀ ਕਿ ਇੱਕ ਤਰੀਕੇ ਦਾ ਲੋਕਾਂ ਦੇ ਵਿੱਚੋਂ ਆਵਾਜ਼ ਉੱਠਦੀ ਹੈ। ਪੁਲਿਸ ਨੇ ਤਾਂ ਆਪਣਾ ਕੰਮ ਕਰਨਾ ਹੀ ਹੈ, ਪਰ ਜਦੋਂ ਲੋਕਾਂ ਦੇ ਵਿੱਚੋਂ ਇੱਕ ਆਵਾਜ਼ ਉੱਠੇਗੀ ਅਤੇ ਡੀ ਐਡਿਕਸ਼ਨ ਦੇ ਨਾਲ ਜਦੋਂ ਇਹਦਾ ਤਾਲਮੇਲ ਕੀਤਾ ਜਾਏਗਾ ਤਾਂ ਜਿਹੜਾ ਪੰਜਾਬ ਦੇ ਵਿੱਚ ਇਹ ਨਸ਼ਿਆਂ ਦੀ ਪ੍ਰੋਬਲਮ ਹੈ, ਮੈਂ ਸਮਝਦੀ ਹਾਂ ਇਹ ਬਿਲਕੁਲ ਇਹਦਾ ਸਲਿਊਸ਼ਨ। ਇੱਕ ਛੋਟੀ ਜਿਹੀ ਬ੍ਰੇਕ ਲਈ ਤੇ ਰੁਕਣ ਦਾ ਵਕਤ ਹੈ, ਤੁਸੀਂ ਬਣੇ ਰਹੋ ਸਾਡੇ ਨਾਲ।